ਗੁੱਡ ਮਾਰਨਿੰਗ ਨਮਸਤੇ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਵੈਲਕਮ ਕਰਦਾ ਸੀ ਵੈਲਕਮ ਬੈਕ ਟੂ ਅਨਦਰ ਵਲੌਗ ਦ ਕਾਰ ਇਜ਼ ਹੇਅਰ ਸੋ ਆਲ ਸੈਟ ਫਾਰ ਦ ਟ੍ਰਿਪ ਹੈਲੋ ਭਈਆ ਹੈਲੋ ਐਂਡ ਬਾਏ ਭਈਆ ਥੈਂਕ ਯੂ ਮੈਂ ਕਰੰਟਲੀ ਕੋਲਕਾਤਾ ਇੰਟਰਨੈਸ਼ਨਲ ਏਅਰਪੋਰਟ ਪੇ ਹੂੰ ਕੈਨ ਆਈ ਹੈਵ ਅ ਪ੍ਰਿੰਟ ਆਊਟ ਆਫ ਮਾਈ ਟਿਕਟ ਥੈਂਕ ਯੂ ਸੋ ਮਚ ਫਾਈਨਲੀ ਇਨਸਾਈਡ ਦ ਏਅਰਪੋਰਟ ਔਰ ਜਿਸ ਫਲਾਈਟ 'ਚ ਜਾ ਰਹਾ ਹਾਂ ਉਹ ਅਭੀ ਤੱਕ ਮੇਰੀ ਮਤਲਬ ਜੋ ਸਫ਼ਰ ਕੀ ਹੋਈ ਮਤਲਬ ਟਰੈਵਲ ਕੀ ਹੋਈ ਸਭਸੇ ਚੀਪੈਸਟ ਫਲਾਈਟ ਹੈ ਬੈਗੇਜ ਦੇ ਰਿਹਾ ਬੋਰਡਿੰਗ ਪਾਸ ਮਿਲ ਗਿਆ ਆਪਣ ਕੇ ਔਰ ਬੇਸਿਕਲੀ ਮੈਂ ਜਾ ਰਹਾ ਹਾਂ ਇੰਦੌਰ ਔਰ ਇਹ ਫਲਾਈਟ ਬਹੁਤ ਸਸਤੀ ਹੈ 2399 ਰੁਪਏ ਕੀ ਮਤਲਬ ਈਵਨ ਇੰਡੀਗੋ ਕੀ ਫਲਾਈਟ ਵੀ ਚਲਤੀ ਹੈ ਗੋਏਅਰ ਕੀ ਨਹੀਂ ਆਈ ਹੈ ਇੰਡੀਗੋ ਕੀ ਫਲਾਈਟ ਕਮ ਸੇ ਕਮ 3500 ਕੀ ਹੋਤੀ ਹੈ ਜਾਂ 3500 ਸੇ ਲੈ ਕੇ 5500 ਤੱਕ ਕੀ 5500 ਦਿਸ ਇਜ਼ ਜਸਟ 2400 ਐਂਡ ਇਟਸ ਸਿਕਿਉਰਿਟੀ ਚੈੱਕ ਇਜ਼ ਡਨ ਸਭ ਬੜੀਆ ਸੇ ਔਰ ਐਕਚੁਅਲੀ ਮੈਂ ਪਹਿਲੀ ਵਾਰ ਲਾਈਫ ਮੈਂ 2 ਘੰਟੇ ਪਹਿਲੇ ਪਹੁੰਚਾ ਹੂੰ ਇੱਕ ਇੰਟਰਸਟਿੰਗ ਬਾਤ ਇਹ ਹੋਗੀ ਕਿ ਮੈਂ ਜਾ ਰਹਾ ਹਾਂ ਕੋਲਕਾਤਾ ਸੇ ਇੰਦੌਰ ਅਭੀ ਇੰਦੌਰ ਕੀ ਫਲਾਈਟ ਮੈਂ ਆਲਰੇਡੀ ਯੂਜੁਅਲੀ ਕਮ ਲੋਕ ਰਹਤੇ ਹੈ ਪਰ 5 ਵਜੇ ਕੀ ਫਲਾਈਟ ਜਾਂ ਫਿਰ ਤੋ ਕੋਈ ਵੀ ਨਹੀਂ ਹੋਗਾ ਜਾਂ ਫਿਰ ਬਹੁਤ ਜ਼ਿਆਦਾ ਭੀੜ ਹੋਗੀ ਇਹ ਮੈਂ ਅਭੀ ਵੀ ਰਿਅਲਾਈਜ਼ ਕੀਆ ਇਹ ਐਸਕਲੇਟਰ ਜੋ ਹੈ ਇਹ ਸਿਰਫ ਨੀਚੇ ਹੀ ਆਤੀ ਹੈ ਮਤਲਬ ਇੱਕ ਵਾਰ ਜੋ ਨੀਚੇ ਆ ਗਿਆ ਤਾਂ ਉਹ ਆ ਗਿਆ ਮਤਲਬ ਬਸ ਸਭ ਅਭੀ ਸਟਾਰਟ ਨਹੀਂ ਹੋਇਆ ਕਿਆ ਨਹੀਂ ਹੋਇਆ ਨਾ ਅੱਛਾ ਮੁਝੇ ਬਸ ਨੋਰਮਲ ਜਨਰਲੀ ਜਾਣਨਾ ਹੈ ਕਾਫੀ ਹੈ ਹੋਤੀ ਹੈ ਨਾ ਆਪਣੇ ਪਾਸ ਕਿਆ ਕੋਸਟ ਹੋਤੀ ਹੈ ਉਸਕੀ 160 ਬਹੁਤ ਮਹਿੰਗੀ ਹੈ ਪਾਣੀ ਹੋਤਾ ਹੈ ਕਿ ਆਪਣੇ ਪਾਸ ਚੀਪੈਸਟ ਫਲਾਈਟ ਟਿਕਟ ਸੇ ਟਰੈਵਲ ਕਰ ਰਹੇ ਹੈ ਔਰ 160 ਰੁਪਏ ਕੀ ਕਾਫੀ ਵਾਹ ਇਸ ਟਾਈਮ ਪੇ ਦੋ ਤਰ੍ਹਾਂ ਕੇ ਲੋਕ ਜਾਂ ਫਿਰ ਜੋ ਇੱਕਦਮ ਸੁਬਹ ਸੁਬਹ ਉੱਠ ਕੇ ਆਏ ਜਿਨਕੀ ਗੁੱਡ ਮਾਰਨਿੰਗ ਹੋ ਰਹੀ ਹੈ ਜਾਂ ਫਿਰ ਭਾਈ ਜੋ ਨੀਂਦ ਮੈਂ ਕਈ ਮਿਡਵੇ ਆ ਰਹਾ ਹਾਂ ਯਹਾਂ ਪੇ ਨੀਂਦ ਵੀ ਲੱਗੀ ਹੈ ਪਰ ਮਾਰਨਿੰਗ ਵੀ ਕਰਨੀ ਕਿਉਂਕਿ ਵਲੌਗ ਅੱਛਾ ਕਰਨੇ ਗੁੱਡ ਮਾਰਨਿੰਗ ਭਾਈ ਵੈਰੀ ਗੁੱਡ ਮਾਰਨਿੰਗ ਭਾਈ ਹੈਵ ਅ ਗੁੱਡ ਡੇ ਬੋਰਡਿੰਗ ਦ ਫਲਾਈਟ ये गो एयर का प्लेन एयरबस A320 प्लेन है हम इस वक्त जब टेक ऑफ कर रहे हैं तो हवाई जहाज की रफ्तार कम से कम 275 किलोमीटर प्रति घंटा होगी टेक ऑफ करने के लिए क्या अवसर मिला है एक तो सस्ती टिकट फिर ऊपर से ये कोलकाता का अद्भुत दृश्य शीत कोलकाता शांत कोलकाता अगले कुछ मिनट मेरी जिंदगी में एक और बदलाव आने वाला था ये सफ़र एक साधारण सफ़र नहीं होने वाला ये सफ़र मेरी उम्मीदों से कहीं ज़्यादा ऊंचा उड़ने वाला है हम हर बार सोचते हैं बार बार सोचते हैं क्या इन टिमटिमाते तारों में भी कोई रहस्य छिपा है फिलहाल तो ऐसा लगता है जैसे हमारे घर के पड़ोसी हों बालकनी के उस पार उत्सव चल रहा है और हमें स्वयं न्योता देने आए हों ऊपर चंद्रमा और नीचे तारे ऐसा ना सुना था कभी आज तो देख भी लिया लगता है कि इन्हें कोई स्पर्धा में शामिल ही नहीं होना है आकाश गंगा में जैसे शांति का समझौता हो चुका हो लेकिन एक तारा है पड़ोसी नहीं परिवार का हिस्सा है चमकने को है तैयार फिलहाल ऐसा लग रहा है जैसे मध्यम स्वर में अलाप कर रहे हो जनाब जैसे आसमान पर अपने ही राग में चलचित्र पेश कर रहे हो अंधेरा भी इनके सम्मान में छिप चुका है जहाँ तक नजर दौड़ाओ एक उमंग की लहर है और इन सब के बीच मैं हूँ आकाश गंगा में एक छोटा सा तिनका पृथ्वी मेरा घर और जल मेरा जीवन फिलहाल तो यूं ही कहीं हवा में उड़ रहा हूँ ਕ
क्या खूबसूरत एक्सपीरियंस था यार। ठंड है यहाँ पर। अच्छा तो मैं मिलता हूँ आपको अगले व्लॉग में। काफ़ी ठंड है, 9 डिग्री सेल्सियस बोला था पर मतलब ओ कोलकाता से ज़्यादा ठंड है। एंड आई विल सी यू सून इन द नेक्स्ट व्लॉग। बाय।